ਨਾ ਲੱਗੇ, ਬਿਮਾਰੀ ਦੇ ਨਾ ਲੱਗੇ, ਉਹ ਕਿਸੇ ਵੀ ਗਲਤ ਨਾਲ ਨਾ ਜਾਵੇ। ਪ੍ਰਭੂ ਕਰੇ ਕਿ ਜਿਹੜੇ ਲੋਕ ਇਹ ਸੋਚ ਰਹੇ ਕਿ ਰੱਬ ਘਰ ਦੇਣਗੇ, ਉਹਨਾਂ ਦੀ ਸੋਚ ਦੇ ਮੁਤਾਬਕ ਉਸੇ ਤਰ੍ਹਾਂ ਹੋਏਗਾ ਜੋ ਉਹਨੇ ਸੋਚਿਆ ਦੇ ਬਾਅਦ ਉਹ ਹੋਏਗਾ। ਆਮੀਨ ਕਰੋ। ਪ੍ਰਭੂ ਕਰੇ ਕਿ ਜਿਹੜੇ ਲੋਕ ਇਹ ਸੋਚ ਰਹੇ ਕਿ ਜਿਹੜੇ ਉਹਨਾਂ ਦੇ ਵਾਸਤੇ ਉਹੀ ਹੋਏਗਾ। ਔਰ ਪ੍ਰਭੂ ਕਰੇ ਕਿ ਜਿਹਨਾਂ ਕੋਲ ਬਾਈਬਲ ਨਹੀਂ ਆ, ਉਹ ਬਾਈਬਲ ਨਵੀਆਂ ਬਾਈਬਲਾਂ ਲਾਓ, ਆਪਣੇ ਘਰ ਦੇ ਵਿੱਚ ਪੜ੍ਹਨਾ ਸ਼ੁਰੂ ਕਰੋ, ਆਪਣੇ ਬੱਚੇ ਨੂੰ ਸਮਝਾਓ, ਆਪਣੇ ਬੱਚੇ ਨੂੰ ਸਿਖਾਓ ਬਚਨ ਦੇ ਬਾਰੇ। ਸਭ ਤਾਰੀਫ ਕਰੀਏ।